ਸੰਗਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕਮਲਜੀਤ ਸਿੰਘ ਵਣਚੜੀ ਸੋ ਮੈਂ ਵੀਡੀਓ ਬਣਾਉਣੀ ਨਹੀਂ ਸੀ ਪਰ ਮਜਬੂਰੀ ਕਰ ਮਣਾਉਣੀ ਪਈ ਪੇ ਕੇਸ ਮਖਣ ਵਾਸਤੇ ਖਾਸ ਕਰਕੇ ਸੋ ਮਾਨਦੀ ਦਾ ਸੰਗਤਾ ਨੇ ਵਾਧੂ ਜੜੀ ਮੰਜੀ ਠੋਕੀ ਵਧੀਆ ਤਰੀਕਿਆਂ ਨਾਲ ਠੋਕੀ ਪਰ ਦੁੱਖ ਹੋਇਆ ਜਿਹੜਾ ਕੇਸ ਮਖਣ ਮੂਰਖ ਅੰਮ੍ਰਿਤਸਰ ਕੇ ਇੱਕ ਨਿਚਾਰਾਂ ਦੀ ਬੋਲੀ ਬੋਲਿਆ ਇਹਨੂੰ ਮੂਰਖ ਨੂੰ ਇਹ ਨਹੀਂ ਪਤਾ ਪੇ ਗੁਰੂ ਕੀ ਬਾਣੀ ਦੇ ਬੋਲ ਨੇ ਮੇਰੇ ਮੋਹਨ ਸਰਵਣੀ ਇਹਨਾ ਸੁਣਾਏ ਸਾਖਤ ਗੀਤ ਨਾਦ ਤੁਨ ਗਾਵਤ ਬੋਲਤ ਬੋਲਾ ਜਾਏ ਇਹ ਵਾਹਿਗੁਰੂ ਪ੍ਰਮਾਤਮਾ ਜੀ ਜਿਹੜੇ ਕੰਨ ਲਾਏ ਨੇ ਨਾ ਤੁਸੀਂ ਤੀਸਰੇ ਪਾਤਸ਼ਾਹ ਕਹਿੰਦੇ ਇਸ ਸ਼ਰਵਣੋਂ ਇਸ ਸ਼ਰਵਣੋਂ ਮੇਰੇ ਹੋ ਸਾਚਾ ਸੁਣਣਾ ਨੂੰ ਪਠਾਏ ਸਾਚਾ ਸੁਣਣਾ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਮਹਾਰਾਜ ਜੀ ਕੰਨ ਤੇ ਸਤ ਸੁਣਨ ਵਾਸਤੇ ਲਾਏ ਨੇ ਪਰਮੇਸ਼ਰ ਦਾ ਸਿਮਰਨ ਸੁਣਨ ਵਾਸਤੇ ਲਾਏ ਨੇ ਪਰਮੇਸ਼ਰ ਦੀ ਸੱਚੀ ਬਾਣੀ ਸੁਣੀਏ ਇਸ ਕਰਕੇ ਮੇਰੇ ਮੋਹਨ ਕੰਨਾਂ ਨੂੰ ਇਹੋ ਜਿਹਾ ਕੁਝ ਨਾ ਸੁਣੇ ਕਿਉਂਕਿ ਸਾਖਤ ਗੀਤ ਨਾਦ ਤੁਣ ਗਾਵਤ ਸਾਖਤ ਲੋਕ ਜਿਹੜੇ ਨੇ ਗੰਦੀਆਂ ਤੁਣਾ ਗਾਉਂਦੇ ਨੇ ਸਾਖਤ ਮਾੜੇ ਲੋਕ ਭੈੜੇ ਲੋਕ ਮਾੜੀਆਂ ਕਰਤੂਤਾਂ ਵਾਲੇ ਲੋਕ ਇਹਨੂੰ ਸਾਖਤ ਆਂਦੇ ਨੇ ਗੁਰਬਾਣੀ ਕਹਿੰਦੀ ਮੈਂ ਨਹੀਂ ਕਹਿੰਦਾ ਮੂਰਖਾ ਤੂੰ ਅਮਰਤ ਚੱਕਿਆ ਸਾਖਤ ਗੀਤ ਨਾਦ ਤੁਣ ਗਾਵਤ ਬੋਲਤ ਬੋਲ ਅਜਾਏ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਮਾਰੇ ਸਾਦਾ ਹੁਕਮ ਜਦੋਂ ਤੂੰ ਅੰਮ੍ਰਿਤਸਰ ਗਿਆ ਸੀ ਉਦੋਂ ਪੰਜ ਪੈਰਾਂ ਹੁਕਮ ਨਹੀਂ ਸੀ ਕੀਤਾ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆਂ ਜਾਣੇ ਤੇ ਤੂੰ ਆਪਣੇ ਕਿੰਨੇ ਗਾਣੇ ਚ ਆਪਣੀਆਂ ਧੀਆਂ ਨਚਾਈਆਂ ਅਲੱਗ ਤੇਰੀਆਂ ਧੀਆਂ ਨਹੀਂ ਉਹ ਤੇਰੀਆਂ ਸਾਡੀਆਂ ਭੈਣਾ ਵਾ ਸਾਡੀਆਂ ਧੀਆਂ ਸਾਡੀਆਂ ਬੱਚੀਆਂ ਸਾਡੀਆਂ ਮਾਵਾ ਤੂੰ ਕਿੰਨੀਆਂ ਗ ਆਪਣੀਆਂ ਧੀਆਂ ਨਚਾਈਆਂ ਆਪਣੀਆਂ ਭੈਣਾ ਨਚਾਈਆਂ ਦੱਸ ਮੈਨੂੰ ਜਾਂ ਆਪਣੇ ਰਿਸ਼ਤੇਦਾਰ ਨਹੀਂਆ ਜਾਂ ਮਾਨਣੇ ਨੇ ਚਾਈਆਂ ਦੱਸ ਉਹ ਮੂਰਖਾ ਬੇਵਕੂਫਾ ਨਰੰਕਾਰੀ ਦਾ ਚੇਲਾ ਏ ਭੜੇ ਭੜੇ ਗੰਦੇ ਬੰਦਿਆਂ ਦਾ ਚੇਲਾ ਏ ਤੂੰ ਇਹਦੀ ਅੰਮ੍ਰਿਤਸਰ ਕੇ ਦਾੜੀ ਤੂੰ ਮੁੱਲ ਦਾ ਜਾਣ ਕੇ ਰੱਖੀ ਤੂੰ ਇਸ ਵੀ ਜਾਣ ਕੇ ਰੱਖੇ ਰਬਾ ਨੂੰ ਵੀ ਜਾਣ ਕੇ ਪਾਈ ਵੀ ਇੱਕ ਬਦਨਾਮ ਕਰਨ ਵਾਸਤੇ ਪੀਰਾਂ ਦੀ ਜਗ੍ਹਾ ਤੇ ਤੈਨੂੰ ਇਹ YouTube ਦੇ ਗਉਂਦੇ ਵੇਖਿਆ ਮੂਰਖਾ ਤੇਰੇ ਮੂੰਹੇ ਗੱਲ ਨਹੀਂ ਫੱਬਦੀ ਸੀ ਫਿਰ ਤੂੰ ਗੱਲ ਕਹਿਣਾ ਜਿਵੇਂ ਤਿਹਾਂ ਬਣਾ ਇੱਕ ਕਰ ਦੇਣੀ ਫਟੇ ਮੂੰਹ ਤੇਰਾ ਮੂਰਖਾ ਤੂੰ ਅੰਮਤ ਛਗਿਆ ਤਿਹਾਂ ਭੈਣਾਂ ਨੂੰ ਬਗਾਨੀਆਂ ਤਿਹਾਂ ਨੂੰ ਆਪਣੀਆਂ ਸਮਝਵਾ ਕੇ ਲੋਕਾਂ ਦੇ ਤਿਹਾਂ ਭੈਣਾਂ ਇੱਕ ਕਰਨ ਵਾਸਤੇ ਤੇਰੇ ਘਰ ਕੋਈ ਗਲਤੀ ਕਰੇ ਤੇ ਉਹਨਾਂ ਦੀ ਤਿਹਾਂ ਭੈਣਾਂ ਨੂੰ ਇੱਕ ਕਰ ਦੇਣਾ ਸੀ ਹਾਲਾਂਕਿ ਸਿੰਘਾਂ ਨੇ ਗਲਤੀ ਕੋਈ ਨਹੀਂ ਕੀਤੀ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਨਕਤੂ ਵਾਕਿਆ ਸੁਣਾਉਣਾ ਸ਼ਾਮੋ ਕੰਜਰੀ ਦਾ ਨਾਚ ਦੇਖਿਆ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਹੋਇਆ ਪੁਛਰੀ ਭਾਵੇਂ ਸ੍ਰੋਮਣੀ ਕਮੇਟੀ ਨੂੰ ਕਿ ਇਹਨੂੰ ਪੁਛਲੀ ਵੀ ਇਹਨੂੰ ਫਤੇ ਨਹੀਂ ਬੁਲਾਉਣੀ ਬੜਾ ਸਤਿਕਾਰਯੋਗ ਸੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਮੈਂ ਅੱਜ ਵੀ ਸਤਿਕਾਰ ਕਰਦਾ ਹਾਂ ਕਰਦੇ ਰਹਿਾਂਗੇ ਕਿਉਂ ਸਤਿਕਾਰਯੋਗ ਸੀ ਮਹਾਰਾਜਾ ਰਣਜੀਤ ਸਿੰਘ ਹੁਕਮਨਾਮਾ ਜਾਰੀ ਹੋਇਆ ਫਤੇ ਨਹੀਂ ਬੁਲਾਉਣੀ ਜਿਹਨੇ ਜਰ ਮਾਫੀ ਨਹੀਂ ਮੰਗਦਾ ਕਿ ਮੈਂ ਸ਼ਾਮੋ ਕੰਜਰੀ ਦਾ ਨਾਚ ਵੇਖਿਆ ਉਸ ਤੋਂ ਬਾਅਦ ਇੱਕ ਲੇਡਰ ਸਟੂਨ ਵਾਲਾ ਦੀ ਗੋਦੀ ਨਗਰੇ ਸੋਨੇ ਫਤਿਹ ਨਹੀਂ ਬੁਲਾਈ ਗੁਰੂ ਕਸਿਕ ਸੀ ਗੁਰੂ ਕੇ ਸਿੱਖਾਂ ਦਾ ਸਤਕਾਰ ਬਹੁਤ ਕਰਦਾ ਸੀ ਇਹਨੂੰ ਪਤਾ ਸੀ ਵੀ ਗੁਰੂ ਕੇ ਸਿੱਖਾਂ ਨਾਲ ਲੁਝਣਾ ਨਹੀਂ ਜਿਹੜੀ ਗੱਲ ਤੇ ਮੇਰੀ ਗਲਤੀ ਆ ਉਹ ਸਤਕਾਰਯੋਗ ਤਾਂ ਸੀ ਜਿਹੜੀ ਉਹਦੀ ਗਲਤੀ ਸੀ ਉਹ ਲੁਝਿਆ ਨਹੀਂ ਉਹਨੇ ਪਛਾਹ ਮੈਨੂੰ ਫਤਿਹ ਕਿਉਂ ਨਹੀਂ ਬੁਲਾਈ ਨਗਰੇ ਗੁਰਸੇਖ ਨੂੰ ਉਹਨੇ ਆਖਿਆ ਕਾਲ ਤਖਤ ਸਰ ਦਾ ਹੁਕਮਨਾਮਾ ਵੀ ਇਹਨੇ ਸਤਕਾਰਯੋਗ ਮਹਾਰਾਜਾ ਰਣਜੀਤ ਸਿੰਘ ਨੇ ਵੱੱਜਰ ਗਲਤੀ ਕੀਤੀ ਇਸ ਕਰਕੇ ਉਹਨੂੰ ਕਾਣਾ ਨੂੰ ਫਤਿਹ ਨਹੀਂ ਬੁਲਾਉਣੀ ਜਿਹੜਾ ਮਾਫੀ ਨਹੀਂ ਮੰਗਦਾ ਕਾਣਾ ਉਸ ਤੋਂ ਬਾਅਦ ਕਿਹਾ ਗਿਆ ਜੀ ਉਹਨੇ ਵੱੱਜਰ ਗਲਤੀ ਕੀਤੀ ਮਹਾਰ ਤੇ ਮਾਨ ਤੇ ਰੱਬ ਆ ਮਹਾਰਾਜਾ ਰਣਜੀਤ ਸਿੰਘ ਨੂੰ ਉੱਚੀ ਹੋ ਗਿਆ ਤੇਨੇ ਮਾਫੀ ਅਜ ਤੱਕ ਨਹੀਂ ਮੰਗੀ ਗੁੱਸਾ ਕੀਤਾ ਹੋਇਆ ਤਾਂ ਹੀ ਤੇ ਤੂੰ ਮੂਰਖਾ ਮਹਾਰਾਜਾ ਰਣਜੀਤ ਸਿੰਘ ਨੂੰ ਉੱਚਾ ਵਾ ਇਹ ਗੱਲ ਦੀ ਮਾਫੀ ਮੰਗ ਜੀ ਅੰਮ੍ਰਿਤਸਰ ਗਿਆ ਤੇ ਜੇ ਅੰਮ੍ਰਿਤਸਰ ਗਿਆ ਦਾੜੀ ਰੱਖੀ ਹੈ ਕਿਸ ਜਾਇ ਤੂੰ ਕਿਹੜੇ ਬੰਦੇ ਨਗੁਰੇ ਦੀ ਗੱਲ ਕਰਦਾ ਨਗੁਰੇ ਕਹਾ ਨਾਉ ਬੁਰਾ ਐਦਾ ਤੇ ਨਾਂ ਲੈਣਾ ਬੜਾ ਮੜਾ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਾਂ ਜਿੰਨੇ ਗਾਇਕ ਨੇ ਵੀ ਵੀਰੋ ਧੀਆਂ ਬਣੋ ਨੱਚਣ ਵਾਲੇ ਗਾਣੇ ਨਾ ਗਾਇਆ ਕਰੋ ਤੁਹਾਡੇ ਚਰਨਾਂ 'ਚ ਬੇਨਤੀ ਹੈ ਹੱਥ ਜੋੜ ਕੇ ਯੋਰਨੀ ਆ ਗੱਲ ਚੰਗੀ ਨਹੀਂ ਆ ਇਹ ਕਿ ਸਾਰੀਆਂ ਧੀਆਂ ਆਪਣੀਆਂ ਧੀਆਂ ਨੇ ਇਹ ਮੂਰਖ ਅਮਰਤ ਧਾਰੀ ਹੋ ਕੇ ਜਾਣ ਬੁੱਝ ਕੇ ਮੈਨੂੰ ਲਗਦਾ ਨੇ ਮਰਤ ਛਕਿਆ ਇਹ ਕਰਕੇ ਬਹੁਤੀਆਂ ਗੱਲਾਂ ਮੈਂ ਤਾਂ ਨਹੀਂ ਕਰ ਰਿਹਾ ਕਿਉਂਕਿ ਵੀਡੀਓ ਵੱਡੀ ਬਣ ਜਾਣੀ ਸੰਗਜੀ ਇਹ ਮੂਰਖ ਤਾਂ ਸੁਚੇਤ ਹੋਇਆ ਅੱਜ ਪਤਾ ਲੱਗਿਆ ਵੀ ਐਡਾ ਮੂਰਖ ਬਾਕੀ ਜੇ ਬੜਾ ਸਿਆਣਾ ਨਾ ਤੂੰ ਤੇ ਬਹਿ ਕੇ ਜਿੱਥੇ ਮਰਜ਼ੀ ਗੱਲ ਕਰ ਜਿੱਥੇ ਮਰਜ਼ੀ ਜਦੋਂ ਮਰਜ਼ੀ ਗੱਲ ਕਰ ਫਿਰ ਦੱਸਾਂਗੇ ਵੀ ਅਮਰਦੀ ਡੈਫੀਨੇਸ਼ਨ ਕੀ ਹੁੰਦੀ ਹੈ ਅਮਰਤ ਛਕਣ ਦਾ ਮਤਲਬ ਕੀ ਹੁੰਦਾ ਪੰਜ ਪੈਰਾਂ ਦਾ ਤੂੰ ਅਨਦਰ ਕੀਤਾ ਉਹਨਾਂ ਨੂੰ ਅਮਰਤ ਛਕਿਆ ਤੂੰ ਬੋਲੀ ਨਿਗਰੇ ਬੰਦੇ ਦੀ ਬੋਲਦਾ ਨਾਲੇ ਭੈਣ ਧੀਆ ਬਣ ਉਹਨੂੰ ਗਲਤ ਬੋਲਦਾ ਤੂੰ ਉਸ ਖੇਤਰਾਂ ਦਾ ਜਾਨ ਬਾਡੀ ਬਣਾ ਕੇ ਗਈਆਂ ਚੋਕੇ ਬੰਦਾ ਨਹੀਂ ਬਣ ਜਾਂਦਾ ਤੂੰ ਬੰਦਾ ਤੇ ਕਿਤੇ ਬੈਠ ਕੇ ਜਿੱਥੇ ਮਰਜ਼ੀ ਗੱਲ ਕਰ ਤੇ ਆਪਣੇ ਪਿਓ ਦਾ ਪੁੱਤ ਅੰਮ੍ਰਿਤ ਅਮਰ ਸਕਣ ਵਾਲੇ ਬੰਦੇ ਦਾ ਜੀਵਨ ਕਿਉਂ ਹੁੰਦਾ ਠੀਕ ਹੈ ਨਾ ਸੋ ਸੰਗ ਦੀਏ ਤੋ ਸਜੇ ਤੋ ਮੇਰਾ ਤੁਹਾਡੇ ਚਰਨਾਂ ਚ ਜਿੱਤੇ ਮਾਨ ਤੋ ਸਜੇ ਤੋਰੇ ਇਹ ਬੰਦੇ ਤੋ ਸਜੇ ਤੋ ਕਿਉਂਕਿ ਅੰਮ੍ਰਿਤ ਨੂੰ ਇਹਨਾਂ ਲਾਜ ਲਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ